वाहिगुरु जी का खालसा, वाहिगुरु जी की फतेह। परमात्मा की अरदास है कि तुम हमेशा खुश रहो, तंदुरुस्त रहो, चढ़दियां कलां दे विच रहो। जी अज पहुंचे हैं जी अपने खेतों के, थोनों दिखाने जी आप धाना का सारा हिसाब किताब किदा के होए क्या होया, क्योंकि यह एरिए पानी बहुत ज़्यादा आया हुआ सीगा ते बहुत जगह मतलब कहने का भाव विच डब्बज भी पै गए, काफ़ी कुछ जानी दोबारे हुण देखा खेत माड़े जे चंगे जे लगन लग गए। तो खेत के गड्डी लेके हुण पहुंचे हुए हैं जी, ते मेरा छोटा पुत्त अजकल ने छोटा जो पै गया इधर जाठ दे छाछी का बारे बुला रहे जाठी का जी ला मानी पीला। मिलो जी, वाहेगुरु जी का खालसा वाहेगुरु जी की फतेह। बट जा बहुत होया वा, रेत पानी मंगदी सी अजा बह जा। हाँ साढ़े इधर मीह पैना अज सर थोड़ा जि पिया, इन्ना ज्यादा तो नहीं तो हैगा। शाबाशे पीला पानी, गामी लागी घाते आंदे उन्होंने गामी लागी तेन हो भी ना नहीं मना कर दिया। गड्डी दे विच जी असी रेह रख लिया, ते रेह दे नाल किन्ने दो थैले रलाउणे पहला तेरे नाल बली तिन्ने लगे रलाउणा था तिन्ने रला देने के दो। हाँ कोई ना उठा, अजय एक मिनट भी की चक्की वो समान कढ़न उन्होंने थले ते अच्छा जेडे उधर रेह लगे पाने पाया नहीं कुछ भी की उधर च नहीं पाया है, उधर च दूई बार पाया। वो फिर क्या हो गया, पहली बार पा देना था तू भी बस। नहीं धन्यवाद भीर, थैंक यू। चलो पी लें पेरे मैं नहीं रवि ने मानी है मेरे भी जीठा कर दे रहे जाके। आए हाय धन्यवाद जी, थैंक यू। मिलो जी पापा जी नूं सत श्री अकाल जी। मैं सरदार खौड़ा नहीं बैठा ਮੁੰਡੇ ਕਲੇ ਕੰਮ ਕਰਾਉਣਾ ਪੈਂਦਾ ਫਿਰ ਬੰਦਿਆਂ ਤੇ ਨਹੀਂ ਕਰਨਗੇ ਬੰਦੇ ਕੰਮ ਖੁੰਡਾ ਦਿਖਾ ਕੇ। ਹਾਂ ਇਹ ਬੰਦੇ ਆ ਗਏ ਜੀ ਸਾਡੇ ਰੇਹ ਪਾਉਣ ਵਾਸਤੇ। ਬਾਸਮਤੀ ਵੀ ਇਹੀ ਲੱਗ ਗਏ ਤੇ ਅੱਛਾ ਉਹੀ ਬੰਦੇ ਆ ਬਾਸਮਤੀ ਵਾਲੇ, ਉਦਣ ਦੂਰ ਤੋਂ ਦਿਖਦੇ ਥੋੜੇ ਪਛਾਣ 'ਚ ਨਹੀਂ ਆ ਰਹੇ ਹੈਗੇ ਤਾਂ ਹੀ ਹੈ। ਜੇ ਬਾਸਮਤੀ ਠੀਕ ਨਾ ਹੋਈ ਮਿੱਤਰੋ ਫਿਰ ਤੁਹਾਡਾ ਕਿਆ ਬਣੂਗਾ, ਹੁਣ ਮੈਂ ਤੁਹਾਨੂੰ ਰਿਕਾਰਡ ਕਰ ਲਿਆ। ਅਰੇ ਬੱਲੀ ਨਾ ਇਹਨੂੰ ਫੜ ਲਈਏ ਬਸ, ਹੈ ਨਾ ਜਿੰਨੀਆਂ ਵੀ ਲੜਕਾਂ ਸਾਰੀਆਂ ਬੱਲੀ ਨਾਲ ਕੱਢ ਲਈਏ ਹੈ। ਤੁਸੀਂ ਚਲੇ ਜਾਓ ਬਿਹਾਰ ਨੂੰ ਪਿੱਛੇ ਤੇ ਬੰਨ ਲੈਣਾ ਸੀ, ਹੈ ਨਾ ਠੀਕ ਹੈ ਨਾ ਆਪਣੇ ਕੋਲੇ ਰਹਿਣਾ ਇੱਥੇ ਰਹਿਣਾ ਮੈਨੂੰ ਪਤਾ ਤਾਂ ਹੀ ਕਹਿੰਦੇ ਵੀ ਗੱਡੀ ਨੂੰ ਫੜੇ। ਲਓ ਜੀ ਇਹ ਹੈਗਾ ਹੁਣ 33% ਵਾਲੀ ਜਿੰਕ ਆ ਜੀ 5 ਕਿਲੋ। ਹਾਂ ਤੇ ਉਹ ਹੈਗਾ ਜੀ ਲੋਹਾ, ਇਹ 33% ਵਾਲੀ ਹੈ ਜੀ ਜਿੰਕ ਜਿਹੜੀ 5-5 ਕਿਲੋ 1 ਕਿੱਲੇ ਦੀ 1 ਕਿੱਲੇ ਦੀ ਪਾਉਣੀ ਹੈ ਜੀ। ਦੋ ਥੈਲੇ ਖੋਲੋ, ਦੋਆ ਖੋਲੋ, ਦੋਆ ਖੋਲੋ। ਹਾਂ ਦੋ ਦੋ ਖੋਲੋ ਫਿਰ ਜੇ ਦੋ ਥੈਲੇ ਖੋਲੇ ਹੈ। ਇਹ ਹੋ ਗਿਆ ਲਓ ਜੀ ਫਾਸਫੋਰ ਸਲਫੇਟ, ਚਲੋ ਬਰਕਤ ਕਰੀ ਮਹਾਰਾਜ, ਮਰਕਤ ਕਰੂਗਾ ਜੀ ਆਪੇ ਸਾਰਾ ਕੁਛ ਸਹੀ ਕਰੂਗਾ, ਆਪਣੀ ਮਿਹਨਤ ਕਰਦੇ ਰਹੋ। ਹਾਂ ਕਿਆ ਬਾਤ ਕਿਆ ਬਾਤ ਕਿਆ ਬਾਤ, ਅੱਛੀ ਬਾਤ ਹੈ। ਲਾ ਛੱਡ ਇੱਕ ਹੋਰ ਪੰਗਾ ਹੋ ਗਿਆ, 5-5 ਕਿਲੋ ਇਹਨਾਂ ਦੇ ਵਿੱਚ ਵੀ ਘੱਟ ਆਉਣ ਲੱਗ ਗਿਆ, 45 ਕਿਲੋ ਦਾ ਹੀ ਰਹਿ ਗਿਆ ਯੂਰੀਏ ਦਾ ਥੈਲਾ। ਰੇਟ ਵੱਧਦਾ ਜਾਂਦਾ ਵਿੱਚ ਸਮਾਨ ਘੱਟਦਾ ਜਾਂਦਾ। ਹਾਂ ਸਾਰੇ ਪਾਸੇ ਨੂੰ ਹੈ, ਆਹ ਵੀ ਘਟਾ ਲੈਣਾ ਤਾਂ ਫਿਰ ਹੁਣ ਮਾਰਨਾ ਅੱਧੇ ਘੰਟੇ ਚ ਕੰਮ ਕਰਕੇ ਸਾਨੂੰ 2 ਦਿਨ ਲੱਗ ਜਾਣੇ ਦੇ ਹੌਲੀ ਹੌਲੀ ਕਰਦੇ ਨੂੰ। ਹੈ ਮੇਰੇ ਪੁੱਤੇ ਉਹ ਤੇਰੀ ਇਹ ਜਾਣਾ ਕਚੂਰੀਆ ਪਾਉਂਦਾ ਬਾਪੂ ਜੀ, ਉਹ ਦੋ ਹੀ ਖੋਲਣੇ ਆ, ਦੋ ਥੈਲੇ ਤਾਂ ਦੋ ਖੋਲਣੇ ਆ। ਅੱਛਾ ਅੱਛਾ ਬਾਅਦ ਮੈਂ ਡਾਲ ਦੇਣਾ, ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਓਕੇ ਓਕੇ ਯਾਰ ਮੈਨੂੰ ਐਂ ਨਹੀਂ ਸਮਝ ਲੱਗਦੀ, ਤੇ ਭਾਅ ਆਇਰਨ ਤਾਂ ਲਿਖਿਆ ਪਾ ਨਹੀਂ ਕਿਤੇ, ਆਇਰਨ ਹੈ ਉਹ ਜਿਗਾੜ ਲੋ ਹਈ ਆ, ਉਹ ਆਇਰਨ ਦਾ ਸਪੈਸ਼ਲ ਆਇਰਨ 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 ਮਾ ਮੈਂ ਵੀ ਹੋੜ ਜੇ ਗਿਆ ਪਤਾ ਨਹੀਂ ਹੁਣ ਮੈਂ ਹੀ ਗਲਤ ਹੈ। ਇਹ ਪਾਊਡਰ ਨਹੀਂ ਹੈ ਜਿੰਕ, ਇਹ 33% ਵਾਲੀ ਜਿੰਕ, ਉਹ ਮਾੜਾ ਮੋਟਾ ਹੌਲੀ ਹੌਲੀ ਉਹ ਪੈ ਜਾਂਦਾ ਨਾ ਇਹਦੇ ਵਿੱਚ,
ਨਹੀਂ ਮੋਟੀ ਕਿੱਥੇ ਹੁੰਦੀ ਸੀ ਜਿੰਕ ਚਿੰਕ ਤਾਂ ਇਹੋ ਜਿਹੀ ਆਉਂਦੀ ਆ ਇਹ ਜੇ ਥੱਲੇ ਨਹੀਂ ਤੇ ਲਿਆਉਣ ਹੁੰਦੇ ਜਿਹੜੀ ਸਾਫ਼ ਸਿੱਟੀ ਪਰ ਆਉਂਦੀ ਸੀ ਉਹ ਤਾਂ ਫਿਰ ਉਹ 21% ਵਾਲੀ ਹੁੰਦੀ ਆ ਉਹ ਅੱਛਾ ਉਹ ਹੋਰ ਕਿਆ ਉਹ 10 ਕਿਲੋ ਪੈਂਦੀ ਕਿੱਲੇ ਦੀ ਉਹ ਖੋਲ ਕੇ ਰੱਖ ਦਿੰਦਾ ਜੀ ਇਹਨੇ 5 ਕਿਲੋ ਹਾਂ ਹਾਂ ਨਾ ਪਾਣਾ ਇਸ ਵਾਲਾ ਹੀ ਇਥੇ ਲਾਉਣਾ ਜੀ ਹਾਂ ਫਿਰ ਲਾਉ ਕਣ ਚਲਿਏ ਲੜਾਈ 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 ਤਾਕੀ ਜਲਦੀ ਸੇ ਪਹਿਲੇ ਹਾਂ ਤਕੀਆ ਨਹੀਂ ਜਲਦੀ ਸੇ ਪਹਿਲੇ ਕਾਲੇ ਸਰਦਾਰ ਕੋ ਫੋਨ ਕਰ ਦੋ ਵੀ ਆਇਦਾ ਹੈ कुछ नहीं बोलते क्या कि डालना उस करे कि नहीं काले सरदार करे डालना कि नहीं डाल नहीं है कहाँ पर है मैं बोलता हूँ उसको भी आ जाए 15-20 मिनट तक चल पड़ेगा फिर वो ठीक है डाल दूँ कोई नहीं 15-20 मिनट तक उन्होंने कहा आ जाए ना तो पा देनी है चोड़ियाँ तो गई हैं नट्ठियाँ 5 मिनट पहला खड़े रहूँगा इन्होंने वेले का तो खड़ाऊंगा तू ਮਤਲਬ ਕਹਦੇ ਕਾ ਆ ਜਾ ਭਾਈ ਵਿਹਲੇ ਹੋ ਜਾਣੇ ਬਸ ਦੋ ਥੱਲੇ ਰਹਿ ਗਏ ਇਹਨਾਂ ਦੇ ਗੇਰਨ ਨੂੰ ਮੇਰਾ ਦੋ ਥੱਲੇ ਰਹਿ ਕੇ ਗੇਰਨ ਨੂੰ ਤੁਰਿਆ ਤੋਂ ਬਸ ਹਾਂ ਉਹ ਪਰਲੀ ਸਾਹਿਬ ਜ਼ਿਆਦਾ ਲਗਾਈ ਨਾ ਪਰਲੀ ਇੱਕ ਦੋ ਵਾਰ ਥੱਲ ਫਸਲ ਕਰਨੀ ਹੈ ਠੀਕ ਹੈ ਨਾ ਇੱਧਰ ਸੇ ਉੱਧਰ ਉੱਧਰ ਸੇ ਇੱਧਰ ਚਾ ਮੈਂ ਜਾਂਦਾ ਨਾਲ ਹੌਲੀ ਹੌਲੀ ਇਹਨਾਂ ਦੇ ਅਸੀਂ ਜਾਂਦੇ ਦੋ ਜਣੇ ਅਸੀਂ ਦੇਖ ਕੇ ਦੋ ਜਣੇ ਜਾਂਦੇ ਮੈਂ ਧਿਆਨ ਰੱਖੂੰਗਾ ਮਾੜਾ ਜਿਹਾ ਓਏ ਛੇ ਨਹੀਂ ਕਹਿ ਇਹ ਚੂੜੀਆਂ ਪਾ ਲੀਆਂ ਓਏ ਬਹਿ ਜਾ ਬਹਿ ਜਾ ਉਰੀ ਬਹਿ ਜਾ ਉਰੀ ਬਹਿ ਜਾ ਉਰੀ ਬਹਿ ਜਾ ਮੈਂ ਤੇਰੇ ਕੋਲੇ ਬਹਿ ਜਾ ਵੀ ਤਿਆਰ ਆ ਕਰੂੰਗਾ ਲਓ ਜੀ ਲੱਗ ਗਈ ਕੁਝ ਮਾੜੀ ਮਾੜੀ ਜੇਕਰ ਮੂੰਹ ਲੱਗਣ ਉੱਦਾਂ ਮੈਨੂੰ ਤਾਂ ਲੱਗਦਾ ਮਹਿਸੂਸ ਜਿਹਾ ਹੁੰਦਾ ਕਿਉਂਕਿ ਮੈਂ ਤਾਂ ਬਹੁਤੇ ਮਾੜੇ ਹਾਲਾਤ ਜੇ ਦੇਖ ਲਏ ਤੇ ਇਹ ਖੇਤ ਦੇ ਵਿੱਚ ਕੱਖ ਹੋਇਆ ਵਾ ਉੱਪਰ ਵਾਲੇ 'ਚ ਇਹਦੇ ਵਿੱਚ ਆਹ ਖੂੰਜਾ ਜਿਹਾ ਬੜਾ ਕਾਲਾ ਕਾਲਾ ਜਿਹਾ ਦਿਖੀ ਜਾਂਦਾ ਪਰਲੇ ਪਾਸੇ ਪੀਲੀ ਪੀਲੀ ਝਾਕੀ ਜਾਂਦੀ ਹੈ ਹਾਂਜੀ ਨਹੀਂ ਇਹ ਫਾਂਟ ਨਹੀਂ ਹੈਗੀ ਹੋਰ ਬੀਜ ਦੀ ਇਹ ਹੈਗਾ ਮਤਲਬ ਆਹ ਢੇਰ ਢੂਰ ਦਾ ਪਾਣੀ ਜਿਹਾ ਆਇਆ ਇੱਧਰ ਨੂੰ ਹੜ ਕੇ ਮੈਨੂੰ ਲੱਗਦਾ ਪਰ ਪਾਣੀ ਤਾਂ ਇੱਧਰ ਅਤੇ ਉੱਧਰ ਨੂੰ ਚੱਲਦਾ ਤਾਂ ਜਾਂ ਉੱਪਰ ਵਾਲੇ ਖੇਤ ਦਾ ਰੇਹ ਰੂਹ ਵਾਲਾ ਪਾਣੀ ਆ ਗਿਆ ਹੁਣ ਐਂ ਤਾਂ ਬੂਝਾ ਸੋਹਣਾ ਮਾਰਿਆ ਖੜਿਆ ਇੱਥੇ ਤਾਂ ਹੈ ਨਾ ਪਾਣੀ ਨੇ ਚਸਤੇ ਇਹ ਤਾਂ ਗੱਲ ਹੈਗੀ ਹੈਗੀ ਹੈ ਉਹ ਗੱਲ ਤਾਂ ਨਹੀਂ ਹੈਗੀ ਜੀ ਨਹੀਂ ਹੈ ਨਾ ਦਿਨਾਂ ਦੇ ਵਿੱਚ ਕਿਤੇ ਧਰਤੀ ਦਿਖਦੀ ਸੀ ਥੱਲੇ ਨਹੀਂ ਦੇਖਦੀ ਸੀ ਹਾਂ ਕਰਕੇ ਹੁਣ ਚਲੋ ਫਿਰ ਤਾਂ ਮੂੰਹ ਤਾਂ ਪਤਾ ਲੱਗਣੀ ਹੈ ਵੱਜਣੀ ਉਹ ਚੀਜ਼ ਨਹੀਂ ਹੈ ਚੱਕਣ ਦੀ ਪਹਿਲਾਂ ਹੁੰਦੀ ਸੀ ਜਾਣਾ ਅਗਲੇ ਖੇਤ ਨੂੰ ਹੌਲੀ ਹੌਲੀ ਤੱਕ ਜਾਣਾ ਹੈ ਹੌਲੀ ਹੌਲੀ ਬੱਟ 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 ਹਾਂ ਬਸ ਪੈਰ ਟਿਕਾਉਣਾ ਪੈਣਾ ਮਾੜਾ ਜਿਹਾ ਕਿਸੇ ਗੱਲ ਜਾਂ ਫਿਰ ਤੁਹਾਡੀ ਜਿਹੜੀ ਆਹ ਨਾ ਖੁੰਡੀਆ ਖੁੰਡੀ ਦੇ ਥੱਲੇ ਸੋ ਰਿਹਾ ਤਿੱਖਾ ਜਿਹਾ ਉਹ ਹੋਵੇ ਤਿਲਕਣੇ ਤੁਲਕਣੇ ਤੇ ਆ ਗਈ ਲੇਬਰ ਦੀ ਮਾਇਆ ਮੈਂ ਘੜੀਸਾ ਇੱਧਰ ਟੱਕ ਲੀਆਂ ਢੋਲੀਆਂ ਖਿੱਚ ਦਾ ਕੰਮ ਇਹ ਜਾ ਰਹੇ ਆ ਜੀ ਦੇਖੋ ਫੇਕਣਾ ਚਾਹੀਦਾ ਬਸ ਐਸੇ ਨਿਕਲ ਜਾਓ ਸੀਧਾ ਉਧਰ ਸੇ ਐਸੇ ਆ ਜਾਣਾ ਫਿਰ ਦੇਖ ਲਓ ਗੇੜਾ ਆ ਵੀ ਜਾਊਗਾ ਉੱਪਰ ਤੇ ਲੈ ਕੇ ਇੱਧਰ ਤੱਕ ਇਹਨਾਂ ਦਾ ਫੇਕ ਇੱਕ ਝੋਲੀ ਹੋਰ ਇਹਨਾਂ ਕੋਲ ਮਗਰ 2 ਕਿੱਲਿਆਂ ਦਾ ਮਾਲ ਵਾਲਾ ਹੈ ਤਾਂ 1.5 ਕਿੱਲੇ ਹੁਣ ਇੱਥੇ ਤੱਕ ਇੱਧਰ ਨਾ ਨਾ 1.5 ਤਾਂ ਨਹੀਂ 2 ਕਿੱਲੇ ਇਹ ਡਬਲ ਹੱਥ ਮਾਰਾ ਮੈਂ ਬੋਲ ਦੂੰ ਅਗਰ ਆਪਕੇ ਪਾਸ ਨਹੀਂ ਲੱਗ ਰਿਹਾ ਟਾਈਮ ਸ਼ਾਬਾਸ਼ ਆਹ ਚੱਕਦੇ ਫਟੇ ਬੱਲੀ ਨੂੰ ਏਰੀਆ ਜ਼ਿਆਦਾ ਦੇ ਤਾ ਪਿੱਛੇ ਰਹਿ ਗਿਆ ਬੱਲੀ ਤੁਸੀਂ ਬੁੜਾ ਬੰਦਾ ਪਿੱਛੇ ਛੱਡਤਾ ਹੈਂ ਬੱਲੀ ਨੂੰ ਅੱਜ ਮਾਲ ਖਲਾਉਣਾ ਪੈਣਾ ਸ਼ਾਮ ਨੂੰ ਲਿਆ ਕੇ ਕੋਈ ਮੁਰਗਾ ਮੁਰਗਾ ਹੈਂ ਹਾਂ ਫੋਟੋ ਨੈੱਟ ਪਰ ਚੜਾਏਂਗੇ ਆਪਕੋ ਭੇਜ ਦੇਂਗੇ ਫਿਰ ਆਓ ਬਲੀ ਲੋਕੋਂ ਕੇ ਖੇਤੋਂ ਮੈਂ ਨਹੀਂ ਗਿਰਨਾ ਆਪਣੇ ਖੇਤ ਮੈਂ ਗਿਰਨਾ ਹੈ
अरे थोड़े बहुत तो जावे करेगा है ठीक है। हाँ गड़बड़ मत करो, ये मसूरी होगा आपका इधर उधर, फिर आपको बुलाएंगे लोग सभी। तेरे पास क्या पर रहा है बंदी, बहुत मुट्ठी ज्यादा भर दा बंदी के जगह घट के। ओ थोड़ी मुट्ठी भर कर ना, जो पीछे फेंकते हो वो नहीं फेंकना है आपते ऐसे नहीं करके। हाँ जी खेत बराबर जा होने करके थोड़ा जक बीच पानी खड़ गया आले दुआले, खेत बराबर आया खेत का पानी आया उतर गया, था फर्क तो है ही है। फर्क भी है जिथे हम खड़े हैं ये खेत उच्चा थोड़ा जा फर्क लगी जाता भी रौनक वे क्या बीज बीज का अंतर देख लो, रेह बराबर ही पाया वो काले चाकी जाते थोड़े जाके चाकी जाते मोटर पिंड बीज का लो जी वो सामने चले गए। सरदार जी हम अनजान है धीरे धीरे सीख जाएंगे बंदा ही आके कहंदा था दूसरा ओ कहंदा बंदे मेरे वेले बैठे है कल कह लग गया जद मैं जीरी दे पैसे देना बासमती लाई थी कहते सरदार जी काम बताओ हमें हम फ्री है मैं भाई रे पा दो मेरा पुत्र पापा कह दे क्या होंगे क्या पापा पापा क्या पापा क्या पापा क्या ना पहले पापा क्या क्या होंगे पापा पापा क्या पापा हम तू आ भी गेर दी चक के उन्होंने होर पाते हम ये भी गेर दी तू चक दे फट्टे पापा चलो जी मिलते हैं अगली वीडियो में परमात्मा थानू सारे चढ़दी कला च रखे जी। गंदा पुत हर एक गल का बी यार सानू इन्नी के चाहिए भी चल जिन्ना क हो गया खान जोगा हो जाए हूं कमाण जोगा लागे करन कमाण ते बाद विच कहिंदे नहीं जी हूं ठेके इन्ने वध गए हूं वध तो वध 40-40 क्विंटल निकले ओदे चक्कर च फिर होर आइटमां पाउणियां पैंदियां। काला क्या कहिंदा आज दुबारे फोन के नहीं उहदा ठीक है फोन मैं गड्डी ले जावां कि मोटरसाइकिल ले जावां घर नूं क्या करां ले जावां कक्ख बढ़ ले हैं उठ वे
ਕਿਆ ਕਰਨਾ ਕੱਖ ਕਰਾਂ ਪਏ ਤਾਂ ਹੈਗੇ ਆ ਉਹ ਉਹ ਗੰਨਾ ਉਹ ਮੈਂ ਸਾਨੂੰ 100 ਰੁਪਏ ਖਾਂਦੇ ਨੇ ਉਹਦੇ ਵਿੱਚ ਬਾਜਰਾ ਦਾ ਮਿਕਸ ਕਰਕੇ ਫਿਰ ਬਾਜਰਾ ਲਿਆਉਂਗਾ ਫਿਰ ਚੱਲ ਬਾਜਰਾ ਉਹ ਕੂੜਾ ਕੂੜਾ ਜਿਹਾ ਹੋ ਜੂ ਵਿੱਚ ਰਲ ਕੇ ਠੀਕ ਹੈ ਅਤੇ ਬਾਕੀ ਟੀਨਾ ਦਾ ਵੀ ਦੇਖਣਾ ਯਾਰ ਟੀਨਾ ਦਾ ਵੀ ਅੱਜ ਜਾ ਕੇ ਹੁਣ ਮਿਲਦੇ ਆਪਾਂ ਘਰਾਂ ਮਾੜਾ ਜਿਹਾ ਉਹਨੂੰ ਕਿੱਧਰ ਕਿੱਧਰ ਨੂੰ ਪੈਣੀ ਆ ਕਿੱਥੇ ਮਸ਼ੀਨ ਰੱਖਣੀ ਆ ਸਾਰਾ ਕੁਝ ਦੇਖਣਾ ਪੈਣਾ ਆ ਕੇ ਘਰਾਂ ਚੱਲ ਦੇਖਦੇ ਹਾਂ ਫਿਰ ਹੈ ਨਾ।